फिफ्थ क्लास में थी और मेरा सेकंड रैंक आया। और कैसा लग रहा है की महसूस कर रही हूं? मेरे को बहुत अच्छा लग रहा है। कितनी मेहनत करनी पड़ी? बहुत। कितना मेहनत कीती है? टीचर्स मेरा से भी नाल ही मेहनत है क्योंकि उन्होंने सपोर्ट के बिना मैं कुछ कर नहीं सकती थी। आई थी कितना पढ़ते रहे रातनगर पढ़ते हैं कि सिलेबस होता थी टफ नहीं लगता थी आप लोग पढ़ते थे? टफ नहीं लगा क्योंकि टीचर्स अगर कांसेप्ट क्लियर कराते हैं साडे स्कूल दे बहुत बढ़िया कराते हैं तो सानू कोई प्रॉब्लम नहीं होती। बनना की चाहते हैं? मैं सर्जन बनना है। डॉक्टर? हाँ जी। मेरा यह गोल है मेरा गोल है मैनू यही बनना है मेरा ड्रीम है। खुशी का टिकाणा नहीं है अज तक क्योंकि जदों आपां गल करदे आ किसी बुलंदी की उहदे ते पहुँचना सौखा हुंदा पर उस बुलंदी ते कायम रहना बहुत औखा हुंदा। ते जदों असीं देखदे आ वी असीं कायम अपने आप नूं रख रहे हां ते पुराने पिरत नूं वी कायम रख रहे हां तां फिर बहुत ज़्यादा खुशी हुंदी है। पूरा स्कूल दे विच खुशी का माहौल आ ढोल वज रहे ने ते खुशी नाल साडे अखां दे विच वी अथरू आ रहे ने। ਖੁਸ਼ੀ ਦੇ ਆਸ ਬਿਲਕੁਲ ਜੀ। ਅਤੇ ਬੱਚੇ ਲਗਾਤਾਰ ਟੋਪ ਕਰ ਰਹੇ ਨੇ ਕੀ ਮਿਹਨਤ ਕੀ ਹੈ ਸਕੂਲ ਦਾ ਪੈਟਰਨ ਕੀ ਹੈ ਫੋਰਮੂਲਾ ਕੀ ਹੈ ਜਿਹੜਾ ਬੱਚੇ ਹਰ ਵਾਰ ਇੱਥੇ ਮਿਹਨਤ ਦੇ ਵਿੱਚ ਸਭ ਤੋਂ ਵੱਧ ਜਿਹੜੀ ਚੀਜ਼ ਦੀ ਕੰਟਰੀਬਿਊਸ਼ਨ ਉਹ ਡਿਸਿਪਲਿਨ ਦੀ ਹੁੰਦੀ ਹੈ ਦੂਸਰੀ ਮੋਟੀਵੇਸ਼ਨ ਦੀ ਤੀਸਰਾ ਇਹਨਾਂ ਦੇ ਬੱਚਿਆਂ ਦੀ ਮਿਹਨਤ ਪੇਰੈਂਟਸ ਦੀ ਮਿਹਨਤ ਟੀਚਰਸ ਦੀ ਮਿਹਨਤ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਜਦੋਂ ਇੱਕ ਬਣਦੀਆਂ ਨੇ ਪੈਕੇਜ ਬਣਦੀਆਂ ਨੇ ਤਾਂ ਫਿਰ ਉਹ ਇਸ ਗੁਲਦਸਤੇ ਦਾ ਰੂਪ ਧਾਰਨ ਕਰਦੇ ਹਨ। ਅਤੇ ਬੱਚਿਆਂ ਦਾ ਕੀ ਨਾਮ ਹੈ ਕਿਸ ਤਰੀਕੇ ਨਾਲ ਮਿਹਨਤ ਕਰ ਰਹੀਆਂ ਸੀ ਕਿਹੜੀ ਕਲਾਸ ਦੀਆਂ ਔਰ ਕਿਹੜੀ ਕਿੰਨੀਆਂ ਟੀਚਰਸ ਲੱਗੀਆਂ ਹੋਈਆਂ ਸੀ ਬੱਚਿਆਂ ਨੂੰ ਮੋਟੀਵੇਟ ਕਰਨ? ਟੀਚਰਸ ਤਾਂ ਦੇਖੋ ਟੀਚਰਸ ਤਾਂ ਟੀਚਰਸ ਵੀ ਜਿਹੜੇ ਪੜ੍ਹਾ ਰਹੇ ਨੇ ਸਬਜੈਕਟ ਟੀਚਰਸ ਆਪਣੇ ਲੈਵਲ 'ਤੇ ਕਰ ਰਹੇ ਨੇ ਮੋਟੀਵੇਟ। ਸਾਡੇ ਕੋਲ ਹਾਈ ਵਿੰਗ ਦੇ ਇੰਚਾਰਜ ਸਰਬਜੀਤ ਮੈਡਮ ਨੇ ਇਹ ਆਪਣੇ ਲੈਵਲ 'ਤੇ ਕਰਦੇ ਨੇ ਅਤੇ ਜਦੋਂ ਮੈਂ ਬੱਚਿਆਂ ਨੂੰ ਮਿਲਦੀ ਹਾਂ ਉਦੋਂ ਅਸੀਂ ਆਪਣੇ ਲੈਵਲ ਮਤਲਬ ਐਡਮਿਨਿਸਟ੍ਰੇਸ਼ਨ ਲੈਵਲ 'ਤੇ ਵੀ ਅਤੇ ਕਲਾਸ ਲੈਵਲ 'ਤੇ ਵੀ ਬੱਚਿਆਂ ਦੀ ਮੋਟੀਵੇਸ਼ਨ ਆਮ ਹੀ ਹੁੰਦੀ ਰਹਿੰਦੀ ਹੈ। ਅਤੇ ਬੱਚਾ ਜਿਹੜਾ ਸਾਡੇ ਕੋਲ ਅਦਿੱਤੀ ਉਹ ਫਸਟ ਆਈ ਹੈ 650 'ਚੋਂ 650 ਨੰਬਰ ਲੈ ਕੇ ਅਤੇ ਦੂਸਰਾ ਬੱਚਾ ਜਿਹੜਾ ਅਲੀਸ਼ਾ 645 ਮਾਰਕਸ ਉਹਦੇ 650 'ਚੋਂ ਆਏ ਨੇ ਅਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਸਾਰਿਆਂ ਵਾਸਤੇ ਬੱਚਿਆਂ ਦੇ ਪੇਰੈਂਟਸ ਲਈ ਵੀ ਬੱਚਿਆਂ ਲਈ ਸਟੂਡੈਂਟਸ ਲਈ ਸਾਡੇ ਲਈ।